ਤੇ ਉਦੋਂ ਪਹਿਲਾ ਡੌਗ ਇਹ ਆ ਚਾਚਾ ਅੱਛਾ ਇਹਨੇ ਸਾਰੇ ਇਹਦੀ ਕਰੇ ਹੋਏ ਆ ਸਾਰੇ ਇਕੱਠੇ ਬਾਅਦ ਇਹਨੇ ਇੰਨੀ ਜਾਣੀ ਕਿ ਆਪਾਂ ਨੂੰ ਇਹਦੀ ਇੰਨੀ ਚੰਗੀ ਬਰੀਡਿੰਗ ਆ ਜਿੰਨੀ ਕਹਿ ਦੋ ਮਰਨ ਨੂੰ ਤਿਆਰ ਆ ਇਹਦੇ ਪਿੱਛੇ ਵਾਲੀ ਗੱਲ ਤਾਂ ਛੱਡ ਦੂਰ ਅੱਛਾ ਤੁਹਾਨੂੰ ਇਹਦੇ ਆਫਰ ਮਿਲੇ ਨੇ ਕਿਸੇ ਪਾਸੇ ਕਿ ਸਾਨੂੰ ਦੇ ਦਿਓ ਤੁਸੀਂ ਵੀਰੇ ਕੋਈ ਮੰਗਦਾ ਹੀ ਨਹੀਂ ਪਤਾ ਅਗਲੇ ਨੂੰ ਦੇਣਾ ਨਹੀਂ ਹੈਗਾ ਅੱਛਾ ਹਾਂ ਕਰ ਵੀਰੇ ਸਾਰੇ ਫਰੈਂਡਲੀ ਡੌਗ ਨੇ ਕੋਈ ਇਹਨਾਂ ਵਿੱਚ ਉਹ ਨਹੀਂ ਹੈਗਾ ਕੱਟਣ ਵੱਢਣ ਵਾਲਾ ਨਹੀਂ ਹੈਗਾ ਹਾਂਜੀ ਹਾਂਜੀ ਸਾਰੀ ਫਰੈਂਡਲੀ ਡੌਗ ਨੇ ਆਹ ਦੇਖ ਲਓ ਜਿਵੇਂ ਫਿਰਦੇ ਆ ਆਪਸ ਵਿੱਚ ਵੀ ਨਹੀਂ ਲੜਦੇ ਇਹ ਤਾਂ ਵਿਚਾਰੇ ਸਾਰੇ ਖੇਡਦੇ ਆ ਖੇਡ ਰਹੇ ਇੰਨਾ ਪਿਆਰ ਕਰਦੇ ਹੋ ਤੁਸੀਂ ਇਹਨਾਂ ਨੂੰ ਇੰਨਾ ਤੇ ਉਹ ਕਰਦਾ ਜਾਣੀ ਕਿ ਉਹਦੇ ਲਈ ਤਾਂ ਜਾਨ ਵੀ ਹਾਜ਼ਰ ਆ हाँ जी दोस्तों अज आए हुए हैं लुधियाने के कोल पिंड मोहाली ब्रदर कैनन्स जिथे इन्हां सोहणे सोहणे डॉग्स नूं बड़े प्यार नाल रख्या जांदा है ते इह वीडियो खास करके जिहड़े मेरे वीर जिहड़ी मेरियां भैणां डॉग्स नूं बड़े प्यार नाल रखदे ने उन्हां नूं बड़ा प्यार करदे ने उन्हां दे बड़े कम्म दी हुण जा रही आ आस करदा इह वीडियो तुहानूं बड़ी पसंद आवेगी ते मेरा नाम है दोस्तों हरप्रीत सिंह तुसीं देख रहे हो मेरा यूट्यूब चैनल आई एम हीरो ते चलो करदे हां वीडियो शुरू ਸੁੱਖੇ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਅੱਜ ਤੁਸੀਂ ਮੈਨੂੰ ਖਾਸ ਕਰਕੇ ਹੁਸ਼ਿਆਰਪੁਰੋਂ ਆਪਣੇ ਬੜੇ ਖੂਬਸੂਰਤ ਘਰ ਬੁਲਾਇਆ ਕਿਉਂਕਿ ਇਹ ਘਰ ਖੂਬਸੂਰਤ ਇਸ ਕਰਕੇ ਲੱਗ ਰਿਹਾ ਕਿਉਂਕਿ ਬੜੇ ਸੋਹਣੇ ਸੋਹਣੇ ਬੱਚੇ ਘੁੰਮਦੇ ਦੇਖ ਰਿਹਾ ਮੈਂ ਜੀ ਹਾਂਜੀ ਹਾਂਜੀ ਅਤੇ ਭਾਅ ਜੀ ਪਹਿਲਾਂ ਤਾਂ ਆਪਾਂ ਇਸ ਜਗ੍ਹਾ ਬਾਰੇ ਜਾਣਕਾਰੀ ਦੇ ਦਿੰਦੇ ਹਾਂ ਜਿਹੜੇ ਵਿਊਅਰ ਦੇਖ ਰਹੇ ਨੇ ਕਿ ਖਾਸ ਕਰਕੇ ਤੁਹਾਡਾ ਇੰਸਟਾਗ੍ਰਾਮ 'ਤੇ ਨਾ ਕਾਫੀ ਮਸ਼ਹੂਰ ਪੇਜ ਹੈ ਹਾਂਜੀ ਪਰ ਜਿਹੜੇ ਨਵੇਂ ਲੋਕ ਦੇਖ ਰਹੇ ਨੇ ਸਾਨੂੰ ਨਵੇਂ ਬੰਦੇ ਦੇਖ ਰਹੇ ਨੇ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਜਾਏ ਕਿ ਆਪਾਂ ਇਸ ਵੇਲੇ ਕਿੱਥੇ ਆਏ ਹੋਏ ਹਾਂ ਤੁਸੀਂ ਆਏ ਜੀ ਮੋਹਾਲੀ ਕਲਾਂ ਪਿੰਡ ਮੋਹਾਲੀ ਕਲਾਂ ਹਾਂਜੀ ਇਹ ਮਲੇਰਕੋਟਲੇ ਜ਼ਿਲ੍ਹਾ ਪੈਂਦਾ ਇਹਨੂੰ ਮਲੇਰਕੋਟਲਾ ਠੀਕ ਹੈ ਜੀ ਹੁਣੇ ਬਣਿਆ ਪਹਿਲਾਂ ਸੰਗਰੂਰ 'ਚ ਸੀਗਾ ਹੁਣ ਮਲੇਰਕੋਟਲੇ 'ਚ ਆ ਗਿਆ ਠੀਕ ਹੈ ਜੀ ਅਤੇ ਭਾਅ ਜੀ ਮੈਂ ਦੇਖ ਰਿਹਾ ਕਿ ਬਹੁਤ ਸੋਹਣੇ ਸੋਹਣੇ ਬੱਚੇ ਘੁੰਮ ਰਹੇ ਨੇ ਕਿ ਆਪਾਂ ਇਹਨਾਂ ਦੀ ਇਕੱਲੇ ਇਕੱਲੀ ਆਪਾਂ ਜਾਣਕਾਰੀ ਲੈਂਦੇ ਹਾਂ ਕਿ ਕਿਹੜੀ ਕਿਹੜੀ ਬਰੀਡ ਤੁਹਾਡੇ ਕੋਲ ਹੈਗੀ ਆ ਕਿਸ ਤਰ੍ਹਾਂ ਦੀ ਸਰਵਿਸਿਜ਼ ਤੁਸੀਂ ਇੱਥੇ ਦਿੰਦੇ ਹੋ ਵੀਰੇ ਆਪਣੇ ਕੋਲ ਜ਼ਿਆਦਾਤਰ ਸਟੱਡ ਡੌਗ ਨੇ ਹਾਂਜੀ ਫੀਮੇਲਾਂ ਵੀ ਰੱਖੀਆਂ ਨੇ ਨਾਲ ਕੁਛ ਹਾਂਜੀ ਨਾਲ ਅਤੇ ਜ਼ਿਆਦਾਤਰ ਸਟੱਡ ਡੌਗ ਨੇ ਠੀਕ ਹੈ ਜੀ ਆਪਾਂ ਜਾਣਕਾਰੀ ਲੈਂਦੇ ਹਾਂ ਕਿ ਕਿਹੜੇ ਕਿਹੜੇ ਸਟੱਡ ਡੌਗ ਨੇ ਤੁਸੀਂ ਇਕੱਲੇ ਇਕੱਲੀ ਬਾਰੇ ਜਾਣਕਾਰੀ ਦੇ ਸਕਦੇ ਹੋ ਭਾਅ ਜੀ ਹਾਂਜੀ 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 ਅਤੇ ਵੀਰੇ ਜਿਵੇਂ ਉਹ ਆ ਗਿਆ ਚੌਚੌ ਆ ਗਿਆ ਠੀਕ ਹੈ ਜੀ ਉਹ ਸਾਰੇ ਚੌਚੌ ਹੀ ਨੇ ਠੀਕ ਹੈ ਜੀ ਇੱਕ ਹਸਕੀ ਆ ਵਾਈਟ ਅਤੇ ਬਲੈਕ ਐਂਡ ਵਾਈਟ ਠੀਕ ਹੈ ਜੀ ਇਹ ਚੌਚੌ ਇਹ ਇੰਪੋਰਟਡ ਕਰਾਇਆ ਹੋਇਆ ਚਾਈਨਾ ਤੋਂ ਇਹ ਚਾਈਨਾ ਤੋਂ ਇੰਪੋਰਟ ਕਰਾਇਆ ਹੋਇਆ ਤੇ ਬੇਸਿਕਲੀ ਬਰੀਡ ਕਿੱਥੇ ਦੀ ਆ ਉਦਾਂ ਇਹ ਵੀਰੇ ਰਸ਼ੀਅਨ ਦੀ ਵੀ ਆ ਚਾਈਨਾ ਦੀ ਵੀ ਆ ਅੱਛਾ ਰਸ਼ੀਆ ਦੀ ਵੀ ਔਰ ਚਾਈਨਾ ਦੀ ਵੀ ਆ ਇਹ ਖਾਸ ਕਰਕੇ ਠੰਡ ਦੇ ਵਿੱਚ ਪਾਲੇ ਜਾਣ ਵਾਲੇ ਜੀਵ ਨੇ ਠੰਡ 'ਚ ਵੀ ਵੀਰੇ ਕਰਦੇ ਆ ਤੇ ਜਿਵੇਂ ਏਸੀ ਉਸੀ ਲੱਗੇ ਆ ਗਰਮੀਆਂ 'ਚ ਹਨਾ ਕੋਈ ਵੀ ਡੌਗ ਆ ਉਹ ਏਸੀ ਭਾਲਦਾ ਹੀ ਭਾਲਦਾ ਗਾ ਠੀਕ ਆ ਜੀ ਹਾਂ ਤੇ ਇਸ ਤੋਂ ਬਾਅਦ ਗੱਲ ਕਰਦੇ ਆ ਭਾਜੀ ਮੈਂ ਦੇਖ ਰਿਹਾ ਪਿੱਛੇ ਹਸਕੀ ਨੇ ਤੁਹਾਡੇ ਕੋਲ ਕਾਫੀ ਹਾਂਜੀ ਹਾਂਜੀ ਤੇ ਹਸਕੀਆਂ ਦਾ ਕੀ ਤੁਸੀਂ ਇਹਨੂੰ ਇਹ ਕਿਵੇਂ ਸਾਂਭ ਸੰਭਾਲ ਕਰਦੇ ਹੋ ਇਹਨਾਂ ਦੀ ਹਸਕੀਆਂ ਦੀ ਵੀਰੇ ਸਾਂਭ ਸੰਭਾਲ ਤਾਂ ਯਾਰ ਬਹੁਤ ਜ਼ਿਆਦਾ ਆ ਅੱਛਾ ਅਤੇ ਜਿਵੇਂ ਸਮਝ ਲਓ ਜਿਵੇਂ ਹੁਣ ਵਾਈਟ ਡੌਗ ਆ ਯਾਰ ਬਹੁਤ ਜਾਣੀ ਕਿ ਮੈਲਾ ਬਹੁਤ ਹੁੰਦਾ ਗਾ ਅਤੇ ਜਿਵੇਂ ਆਪਾਂ ਦੇਖ ਰਹੇ ਤੇ ਬਾਕੀ ਹਸਕੀ ਨੇ ਤੁਹਾਡੇ ਕੋਲ ਇਹਨਾਂ ਨੂੰ ਤੁਸੀਂ ਕਿੱਥੋਂ ਇੰਪੋਰਟ ਕਰਵਾਉਂਦੇ ਹੋ ਇਹ ਵੀਰੇ ਮੰਗਵਾਏ ਹੋਏ ਆ ਬੈਂਗਲੌਰ ਤੋਂ ਬੈਂਗਲੌਰ ਤੋਂ ਹਾਂ ਠੀਕ ਹੈ ਜੀ ਅੱਛਾ ਬੈਂਗਲੌਰ ਤੋਂ ਮੰਗਵਾਉਂਦੇ ਬੇਸਿਕਲੀ ਇਹ ਬਰੀਡ ਕਿੱਥੇ ਦੀ ਆ ਜੀ ਇਹ ਵੀਰੇ ਰਸ਼ੀਆ ਦੀ ਵੀ ਆ ਰਸ਼ੀਆ ਦੀ ਬਰੀਡ ਆ ਰਸ਼ੀਆ ਸਾਰੀ ਜਗ੍ਹਾ ਜਾਣੀ ਕਿ ਠੀਕ ਹੈ ਜੀ ਜ਼ਿਆਦਾਤਰ ਸਵੇਰੀਆ ਦੀ ਵੀ ਆ ਕੁਝ ਵਿੱਚ ਠੀਕ ਹੈ ਜੀ ਅਤੇ ਭਾਅ ਜੀ ਆਪਾਂ ਗੱਲ ਕਰਦੇ ਜਦੋਂ ਇਹੋ ਜਿਹੇ ਜਾਨਵਰ ਆਪਾਂ ਦੇਖਦੇ ਹਾਂ ਨਾ ਆਪਣੇ ਆਲੇ ਦੁਆਲੇ ਤੇ ਇਹਨਾਂ ਤੇ ਖਰਚਾ ਵੀ ਵਾਵਾ ਆਉਂਦਾ ਹੋਊਗਾ ਹਾਂ ਖਰਚਾ ਆਉਂਦਾ ਵੀਰੇ ਤੇ ਉਹਨੂੰ ਮੰਗਵਾਉਣ ਤੇ ਖਰਚਾ ਬਹੁਤ ਆਉਂਦਾ ਹੋਊਗਾ ਆਉਂਦਾ ਹੀ ਆ ਵੀਰੇ ਵਧੀਆ ਵਾ ਪੈਸੇ ਚੱਲੀ ਚੱਲੀ ਜਾਂਦੇ ਚੱਲੀ ਜਾਂਦਾ ਬਸ ਸ਼ੌਂਕ ਆ ਮੇਨ ਗੱਲ ਤਾਂ ਸਾਰੀ ਸ਼ੌਂਕ ਦੀ ਆ ਪੈਸਾ ਤਾਂ ਵੀਰੇ ਬਾਅਦ ਦੀ ਗੱਲ ਆ ਬੰਦੇ ਨੂੰ ਸ਼ੌਂਕ ਹੋਣਾ ਚਾਹੀਦਾ ਸ਼ੌਂਕ ਬਿਲਕੁਲ ਜੀ ਪੈਸਾ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਪੈਸਾ ਤਾਂ ਪਹਿਲਾਂ ਜੇ ਸ਼ੌਂਕ ਆ ਫੇਰ ਹੀ ਆਪਾਂ ਲਿਆਵਾਂਗੇ ਪੈਸਾ ਤਾਂ ਇਹ ਮੰਨ ਕੇ ਚੱਲ ਤੂੰ ਘੱਟ ਦਿੰਦੇ ਆ ਲੱਗਦਾ ਇਹਨਾਂ ਤੇ ਵੱਧ ਲੱਗਦਾ ਵੱਧ ਹਾਂ ਮੈਂ ਦੇਖ ਰਿਹਾ ਕਿ ਹੁਣ ਜਦੋਂ ਮੈਂ ਬਾਰ ਤੁਸੀਂ ਖੋਲਿਆ ਮੈਂ ਇੱਥੇ ਖੜਾ ਸੀ ਇਹਨਾਂ ਦੇ ਲਈ ਵਿਚਾਰਿਆਂ ਦੇ ਲਈ ਮੈਂ ਹਜੇ ਨਵਾਂ ਆ ਇੱਥੇ ਵਿਚਾਲੇ ਖੜੇ ਪਰ ਇਹਨੇ ਮੈਨੂੰ ਕੁਛ ਕਿਹਾ ਨਹੀਂ ਬੜੇ ਪਿਆਰ ਨਾਲ ਟ੍ਰੀਟ ਕਰਦੇ ਨੇ ਹਰ ਬੰਦੇ ਨੂੰ ਇੱਥੇ ਚੱਕਰ ਵੀਰੇ ਸਾਰੇ ਫਰੈਂਡਲੀ ਡੌਗ ਨੇ ਕੋਈ ਇਹਨਾਂ ਵਿੱਚ ਉਹ ਨਹੀਂ ਹੈਗਾ ਕੱਟਣ ਵੱਢਣ ਵਾਲਾ ਨਹੀਂ ਹੈਗਾ ਹਾਂਜੀ ਹਾਂਜੀ ਸਾਰੀ ਫਰੈਂਡਲੀ ਡੌਗ ਨੇ ਆਹ ਦੇਖ ਲਓ ਜਿਵੇਂ ਫਿਰਦੇ ਆ ਆਪਸ ਵਿੱਚ ਵੀ ਨਹੀਂ ਲੜਦੇ ਇਹ ਤਾਂ ਵਿਚਾਰੇ ਸਾਰੇ ਖੇਡਦੇ ਆ ਖੇਡ ਰਹੇ ਕੋਈ ਨਸਲ ਹਰੇਕ ਦੀ ਭਾਵੇਂ ਅਲੱਗ ਅਲੱਗ ਹਾਂਜੀ 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 ਬੜੇ ਪਿਆਰ ਨਾਲ ਰਹਿੰਦੇ ਨੇ ਕਿ ਜਦੋਂ ਤੁਸੀਂ ਇੱਥੇ ਲਿਆਉਂਦੇ ਹੋ ਬੜੇ ਪਿਆਰ ਨਾਲ ਇਹਨਾਂ ਨੂੰ ਸਿਖਾਉਂਦੇ ਹੋ ਪਾਲਦੇ ਹੋ ਹੈਨਾ ਰੱਖਦੇ ਆ ਵੀਰੇ ਮੇਨ ਗੱਲ ਤਾਂ ਤੇ ਉਹ ਅਜੇ ਤੇ ਉਹ ਕਰਦੇ ਇਹਨਾਂ ਦਾ ਹਨਾ ਤਾਂ ਹੀ ਇਹ ਵਿਚਾਰੇ ਤੇ ਉਹ ਆਪਣਾ ਕਰਦੇ ਆ ਤੇ ਭਾਅ ਜੀ ਗੱਲ ਕਰਦੇ ਆ ਕਿ ਜਦੋਂ ਤੁਹਾਡੇ ਕੋਲ ਕੋਈ ਬਰੀਡਿੰਗ ਇਹਨਾਂ ਦੀ ਕ੍ਰੋਸ ਕਰਾਉਂਦੇ ਹੋ ਇਹਨਾਂ ਨੂੰ ਹਾਂ ਵੀਰੇ ਤੇ ਭਾਅ ਜੀ ਜੇ ਤੁਹਾਡੇ ਕੋਲ ਕੋਈ ਹਸਕੀ ਕ੍ਰੋਸ ਕਰਾਉਣਾ ਆਉਂਦਾ ਉਹਦਾ ਕਿੰਨਾ ਚਾਰਜ ਕਰਦੇ ਹੋ ਵੀਰੇ ਬੱਚਾ ਹੀ ਹੁੰਦਾ ਗਾ ਜੇ ਬੰਦਾ ਜੇ ਦੂਰੋਂ ਆ ਤਾਂ ਫੀਸ ਹੁੰਦੀ ਆ ਠੀਕ ਆ ਜੀ ਤੇ ਬੱਚਾ ਕਿੰਨੇ ਦਾ ਸੇਲ ਕਰਦੇ ਆ ਉਹਦਾ ਇੱਕ
ਬੱਚਾ ਵੀਰੇ ਹੈਗਾ ਹੀ ਆ ਜੇ ਕੁਆਲਿਟੀ 'ਚ ਜਾਵਾਂਗੇ ਵੀਰੇ ਬੱਚਾ ਮੰਨ ਕੇ ਚੱਲ ਤੂੰ 40,000 ਤੋਂ ਸਟਾਰਟ ਹੋ ਜਾਂਦਾ ਗਾ 40,000 ਤੋਂ ਸਟਾਰਟ ਹੋ ਜਾਂਦੇ ਬੱਚੇ ਬਹੁਤ ਟਾਈਮ ਤੋਂ ਕੰਮ ਕਰ ਰਹੇ ਹਾਂ ਬਹੁਤ ਜ਼ਿਆਦਾ ਟਾਈਮ ਤੋਂ ਜਿਵੇਂ ਦੁਕਾਨਦਾਰੀ ਬਣ ਜਾਂਦੀ ਆ ਉਵੇਂ ਦੁਕਾਨਦਾਰੀ ਬਣੀ ਹੋਈ ਆ ਸਾਡੀ ਨਾਂ ਬਣਿਆ ਹੋਇਆ ਗਾ ਮੇਨ ਗੱਲ ਤਾਂ ਸਾਰੀ ਇਹ ਆ ਸਾਰੀ ਫਰੈਂਡਲੀ ਡੌਗ ਨੇ ਦੇਖ ਲਓ ਕਿਵੇਂ ਖੇਡਦੇ ਆ ਬਾਈ ਦੇਖੋ ਭਾਜੀ ਹੁਣੀ ਅੱਜ ਪਹਿਲੀ ਵਾਰ ਆਏ ਆ ਪਰ ਉਹ ਕੁਝ ਕਹਿੰਦੇ ਨਹੀਂ ਕਿਸੇ ਨੂੰ ਬਿਜਨਸ ਵੀ ਹੋ ਗਿਆ ਤੁਹਾਡਾ ਬਿਜਨਸ ਪਿੰਡ ਦੇ ਵਿੱਚ ਕਾਫੀ ਵਧੀਆ ਹਾਂ ਵਧੀਆ ਚੱਲਦਾ ਵੀਰੇ ਪਿੰਡ ਦੇ ਵਿੱਚ ਮੇਰੇ ਜ਼ਿਆਦਾਤਰ ਡੌਗ ਰੱਖੇ ਹੋਏ ਆ ਬਹੁਤ ਜਾਣਿਆਂ ਦੇ ਬਹੁਤ ਮੁੰਡੇ ਕੰਮ ਲਾਏ ਹੋਏ ਆ ਜਿਵੇਂ ਬੇਰੁਜ਼ਗਾਰ ਆ ਕੰਮ ਤਾਂ ਕੋਈ ਮਿਲਦਾ ਨਹੀਂ ਹੈਗਾ ਸਰਕਾਰਾਂ ਕਿਹੜਾ ਕੋਈ ਕੰਮ ਦਿੰਦੀਆਂ ਨੇ ਫਿਰ ਆਪਾਂ ਇਹੀ ਕੰਮ ਕਰਨੇ ਆ ਇਹ ਵੀ ਦੇਖ ਕੇ ਕਾਫੀ ਖੁਸ਼ੀ ਹੁੰਦੀ ਮੈਨੂੰ ਇੱਦਾਂ ਲੱਗਦਾ ਕਿ ਮੈਂ ਜੇ 250 ਕਿਲੋਮੀਟਰ ਆਪਣੇ ਹੁਸ਼ਿਆਰਪੁਰ ਤੋਂ ਚੱਲ ਕੇ ਆਇਆ ਨਾ ਤਾਂ ਚੰਗਾ ਲੱਗਦਾ ਕਿ ਇੱਕ ਪਿੰਡ ਦੇ ਵਿੱਚ ਸਾਡੇ ਵੀਰਾਂ ਨੇ ਇੱਕ ਰੁਜ਼ਗਾਰ ਆਪਣੇ ਲਈ ਕ੍ਰੀਏਟ ਕੀਤਾ ਨਾਲ ਦੇ ਮੁੰਡਿਆਂ ਲਈ ਵੀ ਕ੍ਰੀਏਟ ਮੁੰਡੇ ਯਾਰ ਹੁਣ ਇੰਨੇ ਇੰਨੇ ਲੋਕ ਪੜ੍ਹੇ ਹੋਏ ਯਾਰ ਵਿਹਲੇ ਤੁਰੇ ਫਿਰਦੇ ਆ ਨਸ਼ੇ ਕਰਦਾ ਕੋਈ ਕੁਛ ਕਰਦਾ ਨਾ ਜਾਣੀ ਕਿ ਆਪਦੇ ਘਰੇ ਆ ਖੁਸ਼ ਆ ਪੂਰੇ ਖੁਸ਼ ਆ ਇਹਦਾ ਨਾਮ ਬਿੱਲੂ ਆ ਵੀਰੇ ਇਹਦਾ ਨਾਮ ਹੈਗਾ ਗਾ ਆਕਾ ਇਹਦਾ ਨਾਮ ਆਕਾ ਗਾ ਤੇ ਉਹ ਹੈਗਾ ਭਾਲੂ ਜਿਹੜਾ ਸਾਰਿਆਂ ਨੂੰ ਮੇਰਾ ਦਿਲ ਦੇ ਕਰੀਬ ਦਾ ਕੁੱਤਾ ਹੈਗਾ ਉਹ ਡੌਗ ਆ ਉਹਦੀ ਮੇਰੀ ਬਾਂਹ ਤੇ ਫੋਟੋ ਵੀ ਬਣੀ ਹੋਈ ਆ ਇੰਨਾ ਤੇ ਉਹ ਕਰਦਾ ਜਾਣੀ ਕਿ ਉਹਦੇ ਲਈ ਤਾਂ ਜਾਨ ਵੀ ਹਾਜ਼ਰ ਆ ਐਡਾ ਪਿਆਰ ਹੈ ਕਿ ਉਹਦੀ ਫੋਟੋ ਤੱਕ ਫੋਟੋ ਬਣੀ ਹੋਈ ਆ ਉਹ ਕੁੱਤੇ ਪਹਿਲੀ ਵਾਰ ਕਿਸੇ ਦੇ ਹੱਥ 'ਚ ਨਾ ਆਪਣੇ ਕਿਸੇ ਪੈਟ ਦੀ ਫੋਟੋ ਦੇਖੀ ਮੈਂ ਆਪਣੀ ਲਾਈਫ ਬਹੁਤ ਜ਼ਿਆਦਾ ਤੇ ਉਹ ਜਾਣੀ ਕਿ ਮੈਨੂੰ ਖੜਾ ਕਰਨ ਵਾਲਾ ਉਹ ਡੌਗ ਆ ਪਹਿਲਾ ਡੌਗ ਮੇਰੇ ਨਾ ਡੌਗ ਮਰ ਗਏ ਸੀਗੇ ਜਾਣੀ ਕਿ ਕਿਸੇ ਬਿਮਾਰੀ ਦੇ ਕਾਰਨ ਤੇ ਉਦੋਂ ਪਹਿਲਾ ਡੌਗ ਇਹ ਆ ਚੌਚਾ ਇਹਨੇ ਸਾਰੇ ਇਹਦੀ ਕਰੇ ਹੋਏ ਆ ਸਾਰੇ ਇਕੱਠੇ ਬਾਅਦ ਚ ਇਹਨੇ ਇੰਨੀ ਜਾਣੀ ਕਿ ਆਪਾਂ ਨੂੰ ਇਹਦੀ ਇੰਨੀ ਚੰਗੀ ਬਰੀਡਿੰਗ ਆ ਜਿੰਨੀ ਕਹਿ ਦਿਓ ਅੱਛਾ ਕਹਿ ਸਕਦੇ ਆ ਕਿ ਇਹ ਤੁਹਾਡੇ ਇੱਥੇ ਤਾਂ ਕਿੰਗ ਆ ਇਸ ਵੇਲੇ ਹਾਂ ਇਸ ਵੇਲੇ ਕਿੰਗ ਆ ਵੀਰੇ ਪੂਰਾ ਇਸ ਵੇਲੇ ਕਿੰਗ ਪੂਰਾ ਕਿੰਗ ਆ ਤੇ ਪੂਰਾ ਤੇ ਉਹ ਕਰਦੇ ਆ ਤੁਸੀਂ ਬਹੁਤ ਜ਼ਿਆਦਾ ਬਾਈ ਮਰਨ ਨੂੰ ਤਿਆਰ ਆ ਇਹਦੇ ਪਿੱਛੇ ਵਾਲੀ ਗੱਲ ਤਾਂ ਛੱਡ ਦੂਰ ਅੱਛਾ ਤੁਹਾਨੂੰ ਇਹਦੇ ਆਫਰ ਮਿਲੇ ਨੇ ਕਿਸੇ ਪਾਸੇ ਕਿ ਸਾਨੂੰ ਦੇ ਦਿਓ ਤੁਸੀਂ ਵੀਰੇ ਕੋਈ ਮੰਗਦਾ ਹੀ ਨਹੀਂ ਪਤਾ ਅਗਲੇ ਨੂੰ ਦੇਣਾ ਨਹੀਂ ਹੈਗਾ ਅੱਛਾ ਹਾਂ ਮੇਨ ਗੱਲ ਤਾਂ ਇਹ ਆ ਕੋਈ ਨਹੀਂ ਮੰਗਦਾ ਆਪਾਂ ਤੋਂ ਇਹ ਅੱਛਾ ਉਸ ਵੇਲੇ ਜਦੋਂ ਤੁਹਾਡੇ ਕੋਲ ਲਿਆਂਦਾ ਸੀ ਉਦੋਂ ਕਿੰਨੇ ਮਹੀਨੇ ਦਾ ਸੀ ਇਹ ਵੀਰੇ 5-6 ਮਹੀਨਿਆਂ ਦਾ ਸੀਗਾ 5-6 ਮਹੀਨੇ ਦਾ ਸੀਗਾ ਤੇ ਅੱਜ ਜੇ ਅੱਜ ਗੱਲ ਕਰੀਏ ਅੱਜ ਤਾਂ ਇਹਨਾਂ ਦਾ ਕੋਈ ਮੁੱਲ ਲੱਗ ਹੀ ਨਹੀਂ ਸਕਦਾ ਵੀਰੇ ਆਪਾਂ ਦੇਣਾ ਹੀ ਨਹੀਂ ਹੈਗਾ ਚਾਹੇ ਕੋਈ ਰੁਪਈਏ ਦਾ ਮੰਗੇ ਚਾਹੇ ਕੋਈ ਲੱਖ ਦਾ ਮੰਗੇ ਆਪਾਂ ਦੇਣਾ ਨਹੀਂ ਠੀਕ ਹੈ ਜੀ ਤੇ ਤੁਹਾਡੇ ਕੋਲ ਹੋਰ ਵੀ ਇਸ ਤੋਂ ਇਲਾਵਾ ਵੀ ਕੋਈ ਹੈਗੇ ਨੇ ਇੱਥੇ ਤੁਹਾਡੇ ਬੱਚੇ ਜਿਹੜਾ ਤੁਹਾਨੂੰ ਲੱਗਦਾ ਕਿ ਯਾਰ ਇਹ ਮੇਰੇ ਬੜੇ ਦਿਲ ਦੇ ਕਰੀਬ ਨੇ ਵੀਰੇ ਉਹ ਤਾਂ ਸਾਰੇ ਆਪਾਂ ਸਾਰਿਆਂ ਨੂੰ ਇੱਕੋ ਜਿਹਾ ਸਮਝਦੇ ਹਾਂ ਜਾਣੀ ਕਿ ਮੇਨ ਇਹ ਆ ਠੀਕ ਹੈ ਜੀ ਹਾਂ ਮੇਨ ਇਹ ਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਭਾਜੀ ਆ ਜਾਂਦੇ ਆ ਕਿ ਮੈਂ ਹੋਰ ਬਰੀਡਾਂ ਵੀ ਦੇਖ ਰਿਹਾ ਕੋਈ ਮੈਨੂੰ ਇੰਨੀ ਜਾਣਕਾਰੀ ਹੈ ਨਹੀਂ ਜੇ ਅਸਲ ਗੱਲ ਕਰੀਏ ਆਪਾਂ ਫ੍ਰੈਂਚ ਬੁਲ ਡੌਗ ਵੀ ਬਾਹਰੋਂ ਮੰਗਾਏ ਹੋਏ ਆ ਹਾਂਜੀ ਤੇ ਲਿਆਈ ਚੱਕ ਕੇ ਯਾਰ ਪਵਨ ਰਾਜਨ ਲਿਆਈ ਹਾਂਜੀ ਤੇ ਨਾਲ ਨਾਲ ਆਪਾਂ ਦੇਖ ਰਹੇ ਕਿ ਇੱਥੇ ਬੀਗਲ ਵੀ ਹੈਗੇ ਨੇ ਹਾਂ ਬੀਗਲ ਵੀ ਰੱਖੇ ਆ ਵੀਰੇ ਇੱਕ ਸਾਰਿਆਂ ਨੂੰ ਵੱਧ ਉਮਰ ਇਹ ਡੌਗ ਦੀ ਆ ਇੱਕ ਇਹਦੀ ਇੱਕ ਅੰਦਰ ਫੀਮੇਲ ਆ ਜਾਣੀ ਕਿ ਆਪਣੇ ਫ੍ਰੀ ਕਰੇ ਹੋਏ ਆ ਹਾਂਜੀ ਵੀ ਇਹਦੀ ਉਮਰ ਹੋਊਗੀ 6-7 ਸਾਲਾਂ ਦੀ ਡੌਗ ਦੀ ਫ੍ਰੀ ਕਰੇ ਹੋਏ ਆ ਵੀ ਆਪਾਂ ਇਹਨਾਂ ਤੋਂ ਕੋਈ ਕੰਮ ਨਹੀਂ ਲੈਂਦੇ ਖਾਓ ਸੇਵਾ ਕਰਦੇ ਇਹਨਾਂ ਦੀ ਬਸ ਇਹਦੇ ਵਿੱਚ 4-5 ਡੌਗ ਨੇ ਜਿਨ੍ਹਾਂ ਦੀ ਸੇਵਾ ਕਰਦੇ ਆ 2-3 ਫੀਮੇਲਾਂ ਫਿਰਦੀਆਂ ਨੇ ਇਹ ਵੀਰੇ ਇੰਪੋਰਟ ਕਰਾਏ ਹੋਏ ਆ ਤੇ ਇਹਨਾਂ ਤੋਂ ਤੁਸੀਂ ਤੇ ਸੰਯੋਗ ਆ ਸਾਰੇ ਭਾਈਆਂ ਕਰਕੇ ਇਕੱਲਾ ਬੰਦਾ ਜ਼ਿੰਦਗੀ 'ਚ ਕੁਛ ਨਹੀਂ ਕਰ ਸਕਦਾ ਜੇ ਆਪਾਂ ਸਾਰੇ ਇਕੱਠੇ ਆ ਨਾ ਫੇਰ ਤਰੱਕੀ ਦਾ ਰਾਹ ਜੇ ਮੈਂ ਕਹਿੰਦਾ ਭਰਾ ਹੀ ਆ ਵੀਰੇ ਇੱਕ ਤਰ੍ਹਾਂ ਦੇ ਤਿੰਨ ਨਹੀਂ ਹੈਗੇ ਅਸੀਂ 6-7 ਭਰਾ ਗੇ ਹੋਰ ਵੀ ਮੁੰਡੇ ਹੈਗੇ ਉਹ ਆਏ ਨਹੀਂ ਹੈਗੇ ਅੱਛਾ ਹਾਂ ਮਤਲਬ ਮਾਵਾਂ ਭਾਵੇਂ ਅਲੱਗ ਅਲੱਗ ਹੋ ਸਕਦੀਆਂ ਅੱਛਾ ਤੁਸੀਂ ਸਾਰੇ ਸਕੇ ਭਰਾਵਾਂ ਨਾਲ ਵੱਧ ਗਈ ਹੋ ਨਾ ਮੈਂ ਦੇਖ ਰਿਹਾ ਕਿ ਜਿੰਨਾ ਜਾਨਵਰਾਂ ਦੇ ਨਾਲ ਤੁਹਾਡਾ ਤਿੰਨਾਂ ਦਾ ਪਿਆਰ ਆ ਨਾ ਮੈਂ ਹੋਰ ਵੀ ਫਾਰਮਾਂ ਦੇ ਉੱਤੇ ਜਾ ਕੇ ਆਇਆ ਪਰ ਉਹ ਮੈਂ ਦੇਖ ਰਿਹਾ ਕਿ ਮੁੰਡੇ ਭਾਵੇਂ ਸਾਡੇ ਤੋਂ ਵੱਧ ਉਮਰ ਦੇ ਵੀ ਹੋਣ ਪਰ ਉਹਨਾਂ ਦਾ ਇੰਨਾ ਤਿਉਹ ਜਾਨਵਰਾਂ ਨਾਲ ਹੁੰਦਾ ਨਹੀਂ ਮੈਂ ਤੁਹਾਡੀਆਂ ਅੱਖਾਂ ਦੇਖ ਰਿਹਾ ਕਿ ਜਦੋਂ ਤੁਸੀਂ ਮੈਨੂੰ ਲੈ ਕੇ ਗਏ ਸੀ ਆਪਣੇ ਬੱਚੇ ਕੋਲ ਤਾਂ ਤੁਹਾਡੀਆਂ ਅੱਖਾਂ ਥੋੜੀਆਂ ਜਿਹੀਆਂ ਗਿੱਲੀਆਂ ਹੋ ਗਈਆਂ ਨਾ ਵੀਰੇ ਤਿਉਹ ਹੀ ਬਹੁਤ ਕਰਦੇ ਯਾਰ ਉਹਨੂੰ ਬਿਲਕੁਲ ਜੀ ਅੱਛਾ ਮੈਂ ਦੇਖ ਰਿਹਾ ਸੀ ਕਿ ਤੁਸੀਂ ਆ ਵੀ ਜਗ੍ਹਾ ਖੁੱਲ੍ਹੀ ਛੱਡੀ ਹੋਈ ਹੈ ਇੱਥੇ ਵੀਰੇ ਜਿਵੇਂ ਸਮਝ ਲਾ ਤੂੰ ਇਹ ਨਾ ਬਾਹਰ ਕੁੱਤੇ ਜਿਹੜੇ ਅਵਾਰਾ ਆਪਣੇ ਫਿਰਦੇ ਆ ਸਟਰੀਟ ਡੌਗ ਹਾਂਜੀ ਹਾਂਜੀ ਉਹਨਾਂ ਲਈ ਆ ਹਨਾ ਜਿਵੇਂ ਖਾਣਾ ਖੂਣਾ ਜਿਵੇਂ ਵੱਧ ਬਣਾਉਂਦੇ ਹਾਂ ਅਸੀਂ ਜਿਵੇਂ 4-5 ਡੌਗ ਦਾ ਵੱਧ ਬਣਾਉਂਦੇ ਹਾਂ ਉਹ ਬਾਹਰੇ ਵਿਚਾਰੇ ਰਹਿੰਦੇ ਉਹਨਾਂ ਨੂੰ ਪਾ ਦਈਦਾ ਨਾਲ ਖਾਣਾ ਕਿਸ ਤਰ੍ਹਾਂ ਦਾ ਭਾਜੀ ਬਣਾਉਂਦੇ ਉਹਨਾਂ ਦਾ
ਵੀਰੇ ਸਵੇਰੇ ਤਾਂ ਰੋਟੀਆਂ ਹੁੰਦੀਆਂ ਦਹੀਂ ਹੁੰਦੇ ਆ ਆਂਡੇ ਉਂਡੇ ਹੁੰਦੇ ਆ ਇੱਕ ਗੁੱਗਾ ਹਨਾ ਹਾਂਜੀ ਸ਼ਾਮ ਨੂੰ ਚਿਕਨ ਹੁੰਦਾ ਗਾ ਸ਼ਾਮ ਨੂੰ ਚਿਕਨ ਤੁਹਾਡਾ ਦਿਨ ਦਾ ਔਸਤ ਲਾ ਕੇ ਦੇਖੀ ਤੁਸੀਂ ਤੁਹਾਡਾ ਕਿੰਨਾ ਖਰਚਾ ਆ ਜਾਂਦਾ ਹੋਊਗਾ ਹੋ ਹੀ ਜਾਂਦਾ ਵੀਰੇ 2 ਤੋਂ 2,500 ਦੋ ਢਾਈ ਹਜ਼ਾਰ ਤੁਹਾਡਾ ਹੋ ਜਾਂਦਾ ਆ ਅਤੇ ਭਾਅ ਜੀ ਮੈਂ ਇੱਕ ਹੋਰ ਚੀਜ਼ ਦੇਖ ਰਿਹਾ ਕਿ ਜਦੋਂ ਤੁਹਾਡੇ ਕੋਲ ਇੱਦਾਂ ਦੇ ਸੋਹਣੇ ਸੋਹਣੇ ਜਾਨਵਰ ਹੋਣ ਤਾਂ ਕਈ ਵਾਰੀ ਗੀਤਾਂ ਦੇ ਵਿੱਚ ਜਿਹੜੇ ਸਾਡੇ ਵੀਰ ਸ਼ੌਕੀਨ ਹੁੰਦੇ ਨੇ ਕੁੱਤਿਆਂ ਨੂੰ ਦਿਖਾਉਣ ਦੇ ਕੰਟੈਕਟ ਕਰਦੇ ਨੇ ਹਾਂ ਆਈ ਜਾਂਦੇ ਆ ਵੀਰੇ ਆਹ ਮੁੰਡੇ ਨੂੰ ਆਉਂਦੇ ਆ ਇਹ ਇੰਸਟਾਗ੍ਰਾਮ ਆਈ ਡੀ ਇਹ ਚਲਾਉਂਦਾ ਗਾ ਆਪਾਂ ਘਰੇ ਰੱਖਣ ਵਾਲੇ ਅਤੇ ਭੇਜਦੇ ਹੋ ਨਹੀਂ ਭੇਜ ਵੀ ਦਿੰਦੇ ਹਾਂ ਕਈ ਵਾਰੀ ਵੀਰੇ ਕਈ ਵਾਰੀ ਫਿਰ ਅਗਲਾ ਜੇ ਕਹਿ ਦਿੰਦਾ ਉਰੇ ਲੈ ਕੇ ਆਓ ਯਾਰ ਫਿਰ ਆਪਦਾ ਡੋਗ ਕਈ ਵਾਰੀ ਬਿਮਾਰ ਬਮੂਰ ਹੋ ਜਾਂਦੇ ਆ ਹਨਾ ਖੱਜਲ ਖੁਆਰੀ ਬਾਹਲੀ ਜ਼ਿਆਦਾ ਹੁੰਦੀ ਆ ਫਿਰ ਦਿੰਦੇ ਨਹੀਂ ਹੈਗੇ ਸਿਹਤ ਨੂੰ ਮੁੱਖ ਰੱਖਦੇ ਹਾਂ ਹਰਜਿੰਦਰ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਤੇ ਹੁਣ ਸੇਲ ਪਰਚੇਜ਼ ਦੀ ਆਪਾਂ ਗੱਲ ਤੁਹਾਡੇ ਨਾਲ ਕਰ ਲੈਂਦੇ ਕਿਉਂਕਿ ਇੰਸਟਾਗ੍ਰਾਮ 'ਤੇ ਜਾਂ ਫੋਨ 'ਤੇ ਮੇਰੀ ਗੱਲ ਬਹੁਤੀ ਵਾਰ ਤੁਹਾਡੇ ਨਾਲ ਹੁੰਦੀ ਸੀਗੀ ਹਾਂਜੀ ਅਤੇ ਹੁਣ ਮੈਨੂੰ ਕੋਈ ਗੱਲ ਸਮਝਾ ਸਕਦੇ ਹੋ ਕਿ ਜਦੋਂ ਤੁਸੀਂ ਇਹਨਾਂ ਦੀ ਸੇਲ ਪਰਚੇਜ਼ ਕਰਦੇ ਹੋ ਕਿਸ ਤਰ੍ਹਾਂ ਕਰਦੇ ਹੋ ਵੀਰੇ ਸੇਲ ਪਰਚੇਜ਼ ਇੱਦਾਂ ਜੀ ਜਿੱਦਾਂ ਕੋਈ ਵੀ ਆਪਾਂ ਨੂੰ ਆਉਂਦਾ ਵਾ ਕਸਟਮਰ ਹਾਂਜੀ ਆਪਾਂ ਉਹਨਾਂ ਨਾਲ ਸਿੱਧੀ ਡੀਲ ਕਰਦੇ ਹਾਂ ਜੀ ਠੀਕ ਹੈ ਜੀ ਹਾਂਜੀ ਉਹ ਕਈ ਵਾਰ ਸਾਨੂੰ ਲੈਣ ਤੋਂ ਬਾਅਦ ਕਾਲ ਕਰਦੇ ਵੀਰੇ ਅਸੀਂ ਸੋਤੋਂ ਡੋਗ ਲੈ ਲਿਆ ਪਰ ਉਹ ਸਾਤੋਂ ਨਹੀਂ ਗਿਆ ਹੁੰਦਾ ਤੁਹਾਡੇ ਕੋਲੋਂ ਨਹੀਂ ਗਿਆ ਉਹ ਨਹੀਂ ਲੋਕ ਸਾਡੀ ਵੀਡੀਓ ਦਿਖਾ ਕੇ ਫੋਟੋ ਦਿਖਾ ਕੇ ਵੇਚ ਦਿੰਦੇ ਨੇ ਹਾਂਜੀ ਉਹ ਪਤਾ ਹੀ ਨਹੀਂ ਕਿੱਥੋਂ ਲੈ ਕੇ ਆਉਂਦੇ ਸਾਨੂੰ ਮੈਨੂੰ ਕੱਲ੍ਹ ਵੀ ਫੋਨ ਆਇਆ ਸੀ ਇੱਕ ਲੁਧਿਆਣੇ ਤੋਂ ਮਾਡਲ ਟਾਊਨ ਦੇ ਵਿੱਚ ਨੇ ਪੈਟ ਸ਼ੋਪਾਂ ਵਾਲੇ ਅੱਛਾ ਅਤੇ ਉਹਨਾਂ ਨੇ ਵੀ ਐਂ ਕਰਿਆ ਫੋਟੋ ਉੱਥੇ ਮੇਰੀ ਦਿਖਾਤੀ ਡੋਗ ਸਾਡਾ ਹੁੰਦਾ ਨਹੀਂ ਨਾ ਸਾਤੋਂ ਗਿਆ ਹੁੰਦਾ ਵਾ ਅੱਛਾ ਹਾਂ ਜਿੱਦਾਂ ਜਿਹਨੇ ਵੀ ਲੈਣਾ ਸਾਡੇ ਨਾਲ ਇੰਸਟਾਗ੍ਰਾਮ ਤੇ ਕੰਟੈਕਟ ਕਰ ਸਕਦਾ ਹਾਂ ਤੁਹਾਡੀ ਇੰਸਟਾਗ੍ਰਾਮ ਆਈਡੀ ਵੀ ਵੈਸੇ ਬੋਲ ਦਿਓ ਤੇ ਜ਼ਰੂਰ ਮੈਂ ਵਿੱਚ ਮੈਂਸ਼ਨ ਵੀ ਕਰ ਦੂੰਗਾ ਡਿਸਕ੍ਰਿਪਸ਼ਨ ਵੀਰੇ ਇੰਦਰ ਮੋਹਲੀ @13 ਠੀਕ ਹੈ ਜੀ ਹਾਂਜੀ ਉਹ ਆਈਡੀ ਆ ਬਾਕੀ ਫੋਨ ਨੰਬਰ ਦੇ ਦਾਂਗੇ ਹਾਂਜੀ ਠੀਕ ਹੈ ਜੀ ਉਹ ਸਾਰਾ ਕੁਝ ਉਦਾਂ ਹੋਊਗਾ ਜੀ ਬਾਕੀ ਜਿਹਨੇ ਵੀ ਲੈਣਾ ਹੁੰਦਾ ਵੀ ਅਸੀਂ ਤਾਂ ਇਹੀ ਕਹਿੰਦੇ ਵੀ ਸਿੱਧਾ ਕੰਟੈਕਟ ਕਰਿਆ ਕਰੋ ਕਿਉਂਕਿ ਅਸੀਂ ਰੇਟ ਕੁਝ ਹੋਰ ਮੰਗਦੇ ਹੁੰਦੇ ਹਾਂ ਜੀ ਉਹ ਤੁਹਾਨੂੰ ਕਹਿ ਦਿੰਦੇ ਨੇ ਅਸੀਂ ਸਸਤਾ ਦੇ ਦਾਂਗੇ ਬਟ ਉਹ ਕੁਆਲਿਟੀ ਨਹੀਂ ਬਣਦੀ ਉਹ ਚੀਜ਼ ਦੀ ਨਾਮ ਤੁਹਾਡਾ ਵਰਤ ਲੈਂਦੇ ਹਾਂ ਨਾਮ ਵਰਤ ਲੈਂਦੇ ਵੀਰੇ ਬਾਅਦ ਦੇ ਵਿੱਚ ਔਖਾ ਹੋ ਜਾਂਦਾ ਜਦੋਂ ਅਗਲਾ ਕਹਿੰਦਾ ਵੀ ਅਸੀਂ ਉਹਨਾਂ ਤੋਂ ਲਿਆ ਬਟ ਉਹ ਸਾਤੋਂ ਗਿਆ ਨਹੀਂ ਹੁੰਦਾ ਡੋਗ ਠੀਕ ਆ ਹਾਂਜੀ ਤੇ ਚਲੋ ਜ਼ਰੂਰ ਆਸ ਕਰਦੇ ਹਾਂ ਕਿ ਲੋਕ ਤੁਹਾਡੀ ਇਹ ਮਜ਼ਬੂਰੀ ਨੂੰ ਤੁਹਾਡੀ ਅਪੀਲ ਨੂੰ ਸਮਝਣਗੇ ਕਿ ਨਹੀਂ ਵੀਰੇ ਉਹੀ ਚੱਕਰ ਹੈ ਜੀ ਫਿਰ ਸਾਨੂੰ ਉੱਥੇ ਕੁਆਲਿਟੀ ਦਿਖਾ ਅਗਲਾ ਸਾਨੂੰ ਬਾਅਦ 'ਚ 6 ਮਹੀਨੇ ਬਾਅਦ ਲਾ ਕੇ ਪਹੁੰਚਦਾ ਵੀਰੇ ਥੋਤੋਂ ਡੋਗ ਲਿਆ ਸੀਗਾ ਸਾਨੂੰ ਯਾਦ ਵੀ ਨਹੀਂ ਹੁੰਦਾ ਵੀ ਅਸੀਂ ਤੁਹਾਨੂੰ ਡੋਗ ਦਿੱਤਾ ਜਾਂ ਨਹੀਂ ਦਿੱਤਾ ਉਹਦੇ ਵਿੱਚ ਅਗਲੇ ਦਾ ਵੀ ਬੈਨੀਫਿਟ ਹੋਊਗਾ ਜੀ ਕਿਉਂਕਿ ਅਗਲੇ ਨੂੰ ਵੀ ਪਤਾ ਲੱਗੂ ਵੀ ਕੁਆਲਿਟੀ ਕਿੱਦਾਂ ਦੀ ਆ ਜਿਵੇਂ ਸਮਝ ਲਾ ਉਰੇ ਡੋਗ ਦੇਤਾ ਆਪਾਂ ਆਪਦੇ ਘਰੇ ਸੱਦ ਕੇ ਬੰਦੇ ਨੂੰ ਡੋਗ ਦਿੱਤਾ ਹੈਗਾ ਉਹਦੀ ਸਾਡੀ ਪੂਰੀ ਗਰੰਟੀ ਹੋਊਗੀ ਜੇ ਅਸੀਂ ਠੱਗੀ ਕਰਨੀ ਹੋਊਗੀ ਅਸੀਂ ਆਪਦੇ ਬੰਦਾ ਕਦੇ ਵੀ ਘਰੇ ਨਹੀਂ ਸੱਦੇ ਹੈਗੇ ਕਿਉਂਕਿ ਉਰੀ ਰਹਿਣਾ ਹੁੰਦਾ ਹੈਗਾ ਆਪਾਂ ਘਰੇ ਰਹਿਣਾ ਘਰ ਛੱਡ ਕੇ ਤਾਂ ਆਪਾਂ ਕਿਤੇ ਜਾ ਨਹੀਂ ਸਕਦੇ ਹੈਗੇ ਤੇ ਉਹਦੇ ਕਰਕੇ ਸਾਡੇ ਘਰੋਂ ਆ ਕੇ ਡੋਗ ਲਿਆ ਕਰੋ ਜੇ ਕੋਈ ਕਹਿੰਦਾ ਹੈਗਾ ਬਾਹਰੋਂ ਵੀ ਉਹਨਾਂ ਦੀ ਬਰੀਡਿੰਗ ਦਾ ਵੀਰੇ ਸਾਡੀ ਬਰੀਡਿੰਗ ਦਾ ਡੋਗ ਨਹੀਂ ਠੀਕ ਆ ਅੱਛਾ ਤੁਸੀਂ ਗਰੰਟੀ ਚੱਕਦੇ ਹੋ ਜੇਕਰ ਕੋਈ ਤੁਹਾਡੇ ਘਰੇ ਆ ਕੇ ਡੋਗ ਲੈਂਦਾ ਪੂਰੀ ਗਰੰਟੀ ਆ ਵੀਰੇ ਜੇ ਬੱਚਾ ਜੇ ਸਾਡਾ ਦਿੱਤਾ ਹੋਇਆ ਖਰਾਬ ਨਿਕਲੂਗਾ ਜਿੰਨੇ ਦਾ ਬੰਦਾ ਹੱਥੋਂ ਲੈ ਕੇ ਜਾਊਗਾ ਤੇ ਦੁੱਗਣੇ ਰੁਪਏ ਦੇਵਾਂਗੇ ਵੀਰੇ ਅੱਛਾ ਤੇ ਬਹੁਤ ਚੰਗੀ ਗੱਲ ਹੈ ਕਿ ਜੇ ਮੈਂ ਤੁਹਾਡੇ ਕੋਲ ਵੀਡੀਓ ਬਣਾਉਣਾ ਆ ਤੇ ਤੁਸੀਂ ਇਦਾਂ ਦੀ ਗੱਲ ਕਰ ਰਹੇ ਹੋ ਕਿ ਜੇ ਕਰਕੇ ਕੁਆਲਿਟੀ ਤੁਹਾਨੂੰ ਲੱਗਦਾ ਕਿ ਸਾਡੇ ਕੋਲ ਕੁਆਲਿਟੀ ਗਲਤ ਦੇ ਦਿੱਤੀ ਗਈ ਆ ਤਾਂ ਜ਼ਰੂਰ ਅਸੀਂ ਉਹਦੇ ਦੁੱਗਣੇ ਪੈਸੇ ਮੋੜਾਂਗੇ ਮੋੜਾਂ ਬਹੁਤ ਥਾਵੇਂ ਕੰਪਨੀ ਕਿਉਂਕਿ ਵੀਰੇ ਇਹ ਕਿਹੜਾ ਰੱਖਣੇ ਸੌਖਿਆ ਜਿਹੜਾ ਹੁਣ 7-40-50 ਹਜ਼ਾਰ ਰੁਪਏ ਲਾ ਕੇ ਲੈ ਕੇ ਜਾਂਦਾ ਹੈਗਾ ਜਿਹਨੇ 50 ਹਜ਼ਾਰ ਰੁਪਏ ਲਾਇਆ ਹੈਗਾ ਉਹ ਖਰਚਾ ਵੀ ਉਹ ਤੇ ਬਹੁਤ ਕਰੂਗਾ ਖਰਚਾ ਵੀ ਬਹੁਤ ਆ ਜਾਂਦਾ ਹੈਗਾ ਸਹੀ ਹੈ ਨਾ ਗੱਲ ਜੇ ਅਸੀਂ ਇੱਕ ਵਾਰੀ ਕਿਸੇ ਨੂੰ ਚੀਜ਼ ਮਾੜੀ ਦੇਤੀ ਉਹਦੇ ਵਿੱਚ ਸਾਡਾ ਵੀਰੇ ਨਾਮ ਬਾਹਲਾ ਹੀ ਜ਼ਿਆਦਾ ਬਦਨਾਮ ਹੋ ਜਾਂਦਾ ਜੇ ਅਗਲੇ ਨੂੰ ਸਹੀ ਚੀਜ਼ ਦਵਾਂਗੇ ਉਹਦੇ ਵਿੱਚ ਨਾਮ ਬਣੂਗਾ ਚਲੋ ਇੱਥੋਂ ਇੰਨਾ ਤਾਂ ਪਤਾ ਲੱਗਦਾ ਹੈ ਕਿ ਜਿਵੇਂ ਕਈ ਜੇ ਕੰਪਨੀਆਂ ਦੇ ਕਈ ਬ੍ਰਾਂਡਾਂ ਦੇ ਸਮਾਨ ਜਿਹਦੇ ਐਡੀਡਾਸ ਦਾ ਐਬੀਬਾਸ ਵਿਕਦਾ ਨਾ ਸਾਰਾ ਕੁਝ ਉਦਾਂ ਹੀ ਆ ਫਸਟ ਕਾਪੀ ਵੀ ਆ ਜੀ ਸੈਕੰਡ ਵੀ ਓਰੀਜਨਲ ਵੀ ਆ ਹਾਂਜੀ ਠੀਕ ਹੈ ਜੀ ਉਹ ਗੱਲ ਤਾਂ ਓਰੀਜਨਲ ਤੇ ਹੀ ਮੁੱਕਦੀ ਆ ਜੀ ਆ ਕੇ ਉਹ ਆਪਾਂ ਨੂੰ ਫਸਟ ਕਾਪੀ ਹੁਣ ਦੇਖਣ ਨੂੰ ਤਾਂ ਸੇਮ ਹੀ ਲੱਗਦੇ ਹੁੰਦੇ ਆ ਬਟ ਜਿਹਨੇ ਪਰਖ ਕਰਨੀ ਆ ਉਹ ਪਤਾ ਲੱਗਣਾ ਉਹਦੀ ਕੁਆਲਿਟੀ ਤੋਂ ਜਾ ਕੇ ਮੈਟਰ ਕਰਨੀ ਆ ਸਾਰੀ ਕੁਆਲਿਟੀ ਦਰਜੀ ਕੁਆਲਿਟੀ ਤਾਂ ਹੋਣਾ ਵੀ ਕੁਆਲਿਟੀ ਦਾ ਹੀ ਪਤਾ ਲੱਗਣਾ ਸਾਰਾ ਕੁਝ ਉਹ ਹੁਣ ਡੌਗ ਲੋਕ ਕਹਿੰਦੇ ਨੇ ਸੇਮ ਹੀ ਹੋਊਗਾ ਉਹਨਾਂ ਤੇ ਇਹ 'ਚ ਕੀ ਫਰਕ ਆ ਬਟ ਉਹ ਜਦੋਂ 6 ਮਹੀਨੇ ਦਾ ਹੁੰਦਾ ਉਦੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਵੀ ਇਹਦੇ ਤੇ ਉਹਦੇ ਵਿੱਚ ਕੀ ਫਰਕ ਸੀਗਾ ਠੀਕ ਆ ਜੀ ਹਾਂਜੀ ਤੇ ਜ਼ਰੂਰ ਲੋਕ ਇਸ ਅਪੀਲ ਨੂੰ ਸਮਝਣ ਤੁਹਾਡੀ ਨੂੰ ਕਿ ਜੇਕਰ ਤੁਹਾਡਾ ਕੋਈ ਨਾਮ ਵਰਤਦਾ ਆ ਤਾਂ ਜ਼ਰੂਰ ਤੁਹਾਡੇ ਨੂੰ ਤੁਹਾਨੂੰ ਇੱਕ ਵਾਰੀ ਫੋਨ ਕਰਕੇ ਕਨਫਰਮ ਜ਼ਰੂਰ ਕਰ ਲੈਣ ਕੁੱਤਾ ਲੈਣ ਤੋਂ ਪਹਿਲਾਂ ਅਸੀਂ ਤਾਂ ਜੀ ਖੁਦ ਹੀ ਕਹਿ ਦਿੰਦੇ ਆ ਜੇ ਸਾਨੂੰ ਕੋਈ ਕਹੂਗਾ ਵੀਰੇ ਤੁਹਾਡਾ ਡੋਗ ਇੱਥੋਂ ਸਾਨੂੰ ਸਸਤਾ ਮਿਲਦਾ ਅਸੀਂ ਕਹਿੰਦੇ ਲੈ ਲਓ ਅੱਛਾ ਬਟ ਉਹ ਤੁਹਾਨੂੰ ਸਾਲ ਬਾਅਦ ਪਤਾ ਚੱਲੂਗਾ ਵੀ ਉੱਥੋਂ ਕਿਉਂ ਸਸਤਾ ਮਿਲ ਰਿਹਾ ਠੀਕ ਹੈ ਜੀ ਹਾਂਜੀ ਕਿਉਂਕਿ ਅਸੀਂ ਵੀ ਵੀਰੇ ਇੰਨੇ ਪੈਸੇ ਲਾਏ ਨੇ ਕਿਸੇ ਗੱਲ ਨੂੰ ਹੀ ਲਾਏ ਨੇ ਮੈਨੂੰ ਤਾਂ ਸਾਨੂੰ ਵੀ ਇੰਡੀਆ ਦੇ ਵਿੱਚੋਂ ਬਥੇਰੇ ਡੋਗ ਮਿਲ ਜਾਂਦੇ ਪਰ ਗੱਲ ਤਾਂ ਉੱਥੇ ਕੁਆਲਿਟੀ ਦੀ ਮੁੱਕਦੀ ਆ ਜਿਹੜੀ ਚੀਜ਼ ਕੁਆਲਿਟੀ ਆ ਹਾਂ ਕਿਉਂਕਿ ਮੈਂ ਇਸ ਗੱਲ ਨਾਲ ਤੁਹਾਡੀ ਸਹਿਮਤ ਇਸ ਕਰਕੇ ਆ ਕਿ ਜਦੋਂ ਮੈਂ ਤੁਹਾਡੇ ਕੋਲ ਪਿਛਲੀ ਵਾਰੀ ਆਉਣ ਲੱਗੇ ਤੁਸੀਂ ਕਿਹਾ ਭਾਜੀ 2 ਦਿਨ ਰੁਕ ਜਾਓ ਸਾਡੇ 2 ਬਾਹਰ ਆ
ਇਹਨਾਂ ਜਾਨਵਰਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਜ਼ਰੂਰ ਤੁਹਾਨੂੰ ਫੋਨ ਕਰਕੇ ਕੰਟੈਕਟ ਕਰ ਲੈਣਗੇ ਅਤੇ ਆਸ ਕਰਦੇ ਵੀਡੀਓ ਉਹਨਾਂ 'ਤੇ ਕੰਮ ਆਊਗੀ। ਬਹੁਤ ਬਹੁਤ ਧੰਨਵਾਦ ਜੀ।